ਤੁਹਾਡੇ ਤੇ ਮੇਰੇ ਲਾਜਪਾਲ ਨਬੀ ਸੱਲ ਅਲੈਹ ਵਸੱਲਮ ਫਰਮਾਉਂਦੇ ਨੇ ਮੇਰੀ ਦੋਜ਼ਖ ਤੇ ਨਜ਼ਰ ਪੈ ਗਈ। ਕਿੱਥੇ ਨਜ਼ਰ ਪਈ? ਦੋਜ਼ਖ ਤੇ ਨਜ਼ਰ ਪਈ। ਔਲੀ ਬੜਾ ਬੋਲੇ ਜੇ, ਦੋਜ਼ਖ ਨੂੰ ਬਜਾਉਣ ਵਾਸਤੇ ਰਮਜ਼ਾਨ ਆ ਰਿਹਾ। ਰਮਜ਼ਾਨ ਸ਼ਰੀਫ ਦੋਜ਼ਖ ਨੂੰ ਬਜਾ। ਹਜ਼ੂਰ ਫਰਮਾਇਆ ਰਮਜ਼ਾਨ ਦਾ ਮਹੀਨਾ ਆਉਂਦਾ, ਅੱਲਾ ਦੋਜ਼ਖ ਦੇ ਬੂਹੇ ਬੰਦ ਕਰ ਦਿੰਦਾ। ਅੱਲਾ ਬੰਦ ਕਰਦਾ ਜੇ ਬੰਦਾ ਆਪਣੇ ਆਪ ਤਾਲਾ ਖੋਲ੍ਹਿਆ, ਆਖੇ ਨਹੀਂ ਮੈਂ ਜਾਣਾ ਹੀ ਤੇ ਰੱਬ ਰੋਕਣਾ ਵੀ ਨਹੀਂ। ਰੱਬ ਅੱਲਾ ਫਰਮਾਉਂਦਾ ਵੱਡੇ ਸ਼ੈਤਾਨ, ਹਜ਼ੂਰ ਫਰਮਾਇਆ ਵੱਡੇ ਸ਼ੈਤਾਨਾਂ ਨੂੰ ਅੱਲਾ ਤਾਲੇ ਮਾਰ ਦਿੰਦਾ। ਵੱਡੇ ਜਿਹੜੇ ਵੱਡੇ ਵੱਡੇ ਸ਼ੈਤਾਨ, ਉਹਨਾਂ ਨੂੰ ਤਾਲੇ ਤੇ ਨਿੱਕੇ ਖੁੱਲ੍ਹੇ ਹੀ ਹੁੰਦੇ ਨੇ। ਆ ਜਿਹੜੇ ਨਿੱਕੇ ਹੁੰਦੇ ਨੇ ਨਾ, ਮੈਂ ਅੱਗੇ ਦੱਸਿਆ ਚੀਨੀ ਚੋਰ ਅਤੇ ਕਬਜ਼ੇ ਕਰਨ ਵਾਲੇ ਫਲਾਂ, ਇਹ ਸਾਰੇ ਖੁੱਲ੍ਹੇ ਹੁੰਦੇ ਨੇ, ਰੋਜ਼ਿਆਂ ਵਿੱਚ ਵੀ ਖੁੱਲ੍ਹੇ ਹੁੰਦੇ ਨੇ। ਅੰਦਰ ਦਾ ਜਿਹੜਾ ਹੁੰਦਾ ਨਾ, ਅੰਦਰ ਬੈਠਾ ਸ਼ੈਤਾਨ, ਉਹਦੇ 'ਤੇ ਕਾਬੂ ਅਸਾਂ ਆ ਪਾਉਣਾ ਅਤੇ ਰੋਜ਼ਾ ਇਸ ਵਾਸਤੇ ਆ, ਇਹਨੂੰ ਕਾਬੂ ਕਰਨ ਦੇ ਵਾਸਤੇ। ਹਜ਼ੂਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਦੋਜ਼ਖ ਦੇ ਦਰਵਾਜ਼ੇ ਬੰਦ, ਜੰਨਤ ਦੇ ਖੁੱਲ੍ਹ ਜਾਂਦੇ। ਜੰਨਤ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ। ਹਜ਼ੂਰ ਫਰਮਾਉਂਦੇ ਮੇਰੀ ਦੋਜ਼ਖ 'ਤੇ ਨਜ਼ਰ ਪੈ ਗਈ, ਦੋਜ਼ਖ 'ਤੇ ਨਜ਼ਰ ਪਈ ਅਤੇ ਮੈਂ ਜਬਰੀਲ ਨੂੰ ਆਖਿਆ, ਜਬਰੀਲ ਅਗਾਂ ਫਿਰ ਚੱਲਾਂਗੇ, ਉੱਥੇ ਜਾ ਕੇ ਗੱਲ ਹੋਣੀ ਹੈ, ਸੌਦਾ ਹੋਣਾ, ਪਹਿਲੇ ਵੇਖ ਨਾ ਲਈਏ। ਅੱਗੇ ਜਾ ਕੇ ਸੌਦਾ ਹੋਣਾ ਅਤੇ ਪਹਿਲੇ ਵੇਖ ਨਾ ਲਈਏ। ਜਬਰੀਲ ਅਮੀਨ ਮੇਰੇ ਪਾਕ ਨਬੀ ਦੇ ਨਾਲ, ਸੋਹਣਿਆ ਜਿਵੇਂ ਤੇਰੀ ਮਰਜ਼ੀ। ਆਲਮੇ ਤਖੈਲ ਆ ਚਰਜ਼ ਕਰਾਂ, ਇਜਾਜ਼ਤ ਹੋਵੇ ਤਾਂ ਗੱਲ ਕਰ ਦੇਵਾਂ। ਇਕੱਲਾ ਜਬਰੀਲ ਹੀ ਨੇ ਆਖਿਆ, ਸੋਹਣਿਆ ਜਿਵੇਂ ਤੇਰੀ ਮਰਜ਼ੀ, ਰੱਬ ਵੀ ਆਉਂਦਾ, ਰੱਬ ਵੀ ਇਹ ਬਾਤ ਆਉਂਦਾ। ਹਜ਼ਰਤ ਦੀ ਵਕਾਰ ਨਬੀ ਤਸ਼ਰੀਫ ਲੈ ਕੇ ਆਏ, ਹਜ਼ਰਤ ਆਦਮ ਅਲੈਹਿਸ ਸਲਾਮ ਆਏ, ਅੱਲਾ ਫਰਮਾਇਆ ਆਦਮ ਜੰਨਤ ਚੋਂ ਬਾਹਰ ਜਾਣਾ ਪਵੇਗਾ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਹਜ਼ਰਤ ਨੂਹ ਅਲੈਹਿਸ ਸਲਾਮ ਨੂੰ ਫਰਮਾਇਆ, ਨੋ ਤੈਨੂੰ ਕਸ਼ਤੀ ਵਿੱਚ ਬਹਿਣਾ ਪਵੇਗਾ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ। ਯੂਸਫ ਅਲੈਹਿਸ ਸਲਾਮ ਨੂੰ ਫਰਮਾਇਆ, ਬਾਪ ਤੋਂ ਜੁਦਾ ਹੋਣਾ ਪਵੇਗਾ, ਖੂਹ ਵਿੱਚ ਡਿੱਗਣਾ ਪਵੇਗਾ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਹਜ਼ਰਤ ਜ਼ਕਰੀਆ ਅਲੈਹਿਸ ਸਲਾਮ ਨੂੰ ਫਰਮਾਇਆ, ਆਰੇ ਵਿੱਚ ਚਿਰਨਾ ਪਵੇਗਾ, ਆਖਾ ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਹਜ਼ਰਤ ਇਸਮਾਈਲ ਅਲੈਹਿਸ ਸਲਾਮ ਨੂੰ ਫਰਮਾਇਆ, ਛੁਰੀ ਥੱਲੇ ਲੇਟਣਾ ਪਵੇਗਾ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ। ਫਰਮਾਇਆ ਤੈਨੂੰ ਰੱਬੇ ਆਰੇ ਨੀ ਦੀਆਂ ਸਦਾਵਾਂ ਲਾਣੀਆਂ ਪੈਣੀਆਂ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ। ਹਜ਼ਰਤ ਈਸਾ ਸਲਾਮ ਨੂੰ ਫਰਮਾਇਆ, ਤੈਨੂੰ ਜਿੰਨਾ ਆ ਸਮਾਨ ਤੇ ਆਉਣਾ ਪਵੇਗਾ, ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਇਧਰ ਯਾਮਿਨਾ ਦੇ ਲਾਲ ਤਸ਼ਰੀਫ ਲੈ ਕੇ ਆ ਗਏ, ਜਬਰੀਲ ਨੇ ਆਖਿਆ ਯਾ ਅੱਲਾ ਹੁਣ ਕੀ ਕਰਨਾ ਏ? ਫਰਮਾਇਆ ਜਬਰੀਲ ਨਾਮ ਬਦਲ ਗਏ, ਕਾਨੂੰਨ ਬਦਲ ਗਏ, ਸਾਰੇ ਨਬੀ ਕਹਿੰਦੇ ਨੇ ਯਾ ਅੱਲਾ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਅੱਜ ਮੈਂ ਰੱਬ ਹੋ ਕੇ ਲਾਲ ਪਿਆ ਕਰਨਾ, ਮਦੀਨੇ ਵਾਲੇ ਆ ਜਿਵੇਂ ਤੇਰੀ ਰਜ਼ਾ ਏ ਉਵੇਂ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ। ਤਾਂ ਤਾਸ਼ ਕਹਿੰਦਾ ਖੁਦਾ ਕੀ ਰਜ਼ਾ ਚਾਹਤੇ ਹੈ ਦੋ ਆਲਮ, ਖੁਦਾ ਕੀ ਰਜ਼ਾ ਚਾਹਤੇ ਹੈ ਦੋ ਆਲਮ, ਖੁਦਾ ਚਾਹਤਾ ਹੈ ਰਜ਼ਾਏ ਮੁਹੰਮਦ, ਖੁਦਾ ਚਾਹਤਾ ਹੈ। ਮੇਰੇ ਆਕਾ ਦਾ ਸਰ ਸਜਦੇ ਵਿੱਚ ਅੱਲਾ ਫਰਮਾਉਣਾ, ਸੋਹਣਿਆ ਮੈਂ ਤੇ ਅੱਗੇ ਹੀ ਆਖਿਆ ਸੀ ਜਿਵੇਂ ਤੇਰੀ ਰਜ਼ਾ ਏ ਉਵੇਂ ਮੇਰੀ ਰਜ਼ਾ ਏ, ਜਿਵੇਂ ਆਖੇਗਾ ਉਵੇਂ ਹੀ ਕਰਾਂਗੇ। ਉਦੋਂ ਫਰਮਾਇਆ ਜਬਰੀਲ ਚੱਲ, ਸੋਹਣਿਆ ਜਿਵੇਂ ਤੁਹਾਡੀ ਮਰਜ਼ੀ। ਮੇਰੇ ਆਕਾ ਨਾਲ ਲੈ ਕੇ ਤੇ ਆ ਗਏ। ਦਰੋਗਾ ਮਾਲਿਕ, ਜਿਹੜਾ ਜੰਨਤ ਦਾ ਦਰੋਗਾ ਹੈ, ਦੋਜ਼ਖ ਦਾ ਦਰੋਗਾ ਹੈ ਨਾ, ਉਹਦਾ ਨਾਮ ਮਾਲਿਕ ਹੈ, ਬੈਠਾ ਮੇਰੇ ਪਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ। ਫਰਮਾਇਆ ਕਿ ਮੈਂ ਆਖਿਆ ਜ਼ਰਾ ਬੂਹਾ ਖੋਲ ਹਾਂ, ਮੈਂ ਵੇਖਣਾ ਚਾਹਣਾ। ਉਹਨੇ ਵੀ ਹੱਥ ਬੰਨ ਲਏ, ਕਹਿੰਦਾ ਸੋਹਣਿਆ ਤੁਸੀਂ ਬਹੁਤ ਰਹਿਮ ਕਰਨ ਵਾਲੇ ਜੇ, ਬੜੇ ਰਹਿਮ ਦਿਲ ਜੇ, ਬੜੇ ਨਰਮ ਦਿਲ ਜੇ, ਤੁਹਾਡੇ ਕੋਲ ਦੋਜ਼ਖ ਵੇਖਿਆ ਨਹੀਂ ਜਾਣਾ, ਵੇਖਿਆ ਨਹੀਂ ਜਾਣਾ। ਅਤੇ ਸੋਹਣਿਆ ਨਾ ਵੇਖੋ, ਮੇਰੇ ਪਾਕ ਨਬੀ ਫਰਮਾਇਆ ਨਹੀਂ ਮੈਂ ਵੇਖਣਾ ਹੈ, ਅਤੇ ਮੈਂ ਫਿਰ ਗੁਲਾਮਾਂ ਨੂੰ ਦੱਸਣਾ ਹੈ, ਅਤੇ ਤੂੰ ਜ਼ਰਾ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ। ਆਂਦਾ ਸੋਹਣਿਆ ਫਿਰ ਮੈਂ ਸਾਰਾ ਨਹੀਂ, ਸੂਈ ਦੇ ਨੱਕੇ ਜਿੰਨਾ ਖੋਲ੍ਹਾਂਗਾ, ਸੂਈ ਦੇ ਨੱਕੇ ਜਿੰਨਾ ਖੋਲ੍ਹਾਂਗਾ, ਅਤੇ ਸੋਹਣਿਆ ਤੁਸੀਂ ਵੇਖ ਲੈਣਾ।
ਹੁਣ ਮੇਰੇ ਆਕਾ ਫਰਮਾਉਂਦੇ ਨੇ ਥੋੜ੍ਹਾ ਜਿਹਾ ਸੂਈ ਦੇ ਨੱਕੇ ਜਿੰਨਾ ਦੋਜ਼ਖ ਦਾ ਦਰਵਾਜ਼ਾ ਖੁੱਲ੍ਹਾ ਤਾਂ ਮੈਂ ਵੇਖਿਆ ਅੰਦਰ ਕੀ ਸੀ, ਅੰਦਰ ਕੀ ਸੀ? ਇਹ ਜਵਾਨੀਆਂ 'ਤੇ ਮਾਣ ਕਰ ਲਈਏ, ਜਾਇਦਾਦਾਂ 'ਤੇ ਆਖੀਏ ਇਹ ਮੇਰੀ ਸੀ, ਇਹ ਵੀ ਇਹ ਕਬਜ਼ਾ ਮੈਂ ਹੀ ਕਰਨਾ, ਇਹ ਮੈਂ ਹੀ ਲੈਣਾ, ਇਹ ਮੇਰੇ ਕੋਲ ਹੀ ਸਾਰਾ ਕੁਝ, ਕਿਉਂ ਮੇਰੀ ਮੇਰੀ ਕਰਨਾ ਏ ਐਵੇਂ ਕੁਫਰ ਦੀ ਬੇੜੀ ਚੜ੍ਹਨਾ ਏ ਖਬਰੇ ਕਫਨ ਵੀ ਤੈਨੂੰ ਸਰਨਾ ਏ ਕਿਸੇ ਪਾਇਆ ਪਾਇਆ ਨਾ ਪਾਇਆ ਚੁੱਕ ਮੋਢਿਆਂ 'ਤੇ ਲੈ ਜਾਵਣਗੇ ਕਿਸੇ ਟੋਏ ਵਿੱਚ ਸੱਟ ਆਵਣਗੇ ਘਰ ਆ ਕੇ ਤੈਨੂੰ ਭੁੱਲ ਜਾਵਣਗੇ। ਫਿਰ ਕੋਈ ਕਦੀ ਕਿਸੇ ਨਹੀਂ ਆਖਿਆ ਮੇਰਾ ਦਾਦੇ ਦੀ ਹੈ ਕਬਰੇ, ਲੋਕਾਂ ਨੂੰ ਆਪਣੀ ਫਿਕਰ ਪਈ ਏ ਕਬਰਾਂ ਮਿੱਟ ਜਾਂਦੀਆਂ ਨੇ ਨਿਸ਼ਾਨ ਮਿੱਟ ਜਾਂਦੇ ਨੇ, ਉੱਥੇ ਪਤਾ ਹੀ ਨਹੀਂ ਰਹਿੰਦਾ ਕਿਸੇ ਨੂੰ ਦਾਦੇ ਦੀ ਕਬਰ ਦਾ ਵੀ ਨਹੀਂ ਪਤਾ, ਲੋਕਾਂ ਨੂੰ ਬਾਪ ਦੀ ਕਬਰ ਦਾ ਵੀ ਨਹੀਂ ਪਤਾ, ਇਹ ਸਾਰਾ ਕੁਛ ਖਤਮ ਹੋ ਜਾਣਾ ਏ ਘਰ ਆ ਕੇ ਤੈਨੂੰ ਭੁੱਲ ਜਾਵਣਗੇ। ਫਿਰ ਯਾਦ ਆਇਆ ਆਇਆ ਨਾ ਅਤੇ ਸੁਲਤਾਨ ਉਲ ਆਰਫੀਨ ਦੀ ਜ਼ੁਬਾਨ 'ਚ ਕਰ ਦੇਵਾਂ ਤਰਜਮਾ, ਪਹਿਲੇ ਕਾਰੀ ਸਾਹਿਬ ਠੀਕ ਸੀ ਜਿੱਥੇ ਪਹਿਲੇ ਰੱਖਿਆ ਹਜੇ ਠੀਕ ਸੀ। ਸੁਲਤਾਨ ਉਲ ਆਰਫੀਨ ਨੇ ਦਵਾ ਦੇ ਫਰਮਾ ਦਿਨੇ ਜਿਉਂ ਦੇ ਕੀ ਜਾਨ ਇਸਾਰ ਮੋਇਆ ਦੀ ਜਾਣ ਜੋ ਮਰਦਾ ਹੋ ਕਬਰ ਦੇ ਵਿੱਚ ਅਲਲਾ ਪਾਣੀ ਉੱਥੇ ਖਰਚ ਲੁੜੀਦਾ ਇਹ ਖਰਦਾ ਹੋ ਇੱਕ ਵਿਛੋੜਾ ਮਾਂ ਪਿਓ ਪਾਈਆਂ ਫਿਰ ਦੂਜਾ ਅਦਾਬ ਕਬਰਦਾਰ ਹੂ ਮੈਂ ਕੁਰਬਾਨ ਓਲਾ ਤੋਬਾ ਹੋ ਜਿਹੜਾ ਵਿੱਚ ਹਯਾਤੀ ਮਰਦਾ ਹੂ ਤੇਰੇ ਤੇ ਮੇਰੇ ਲਾਜਪਾਲ ਨਬੀ ਫਰਮਾਉਂਦੇ ਨੇ ਮੈਂ ਵੇਖਿਆ ਬੰਦਿਆਂ ਨੂੰ ਵੇਖਿਆ ਜਿਨ੍ਹਾਂ ਦੀਆਂ ਸ਼ਕਲਾਂ ਬਾਂਦਰਾਂ ਵਰਗੀਆਂ ਨੇ, ਬਾਂਦਰਾਂ ਦੀਆਂ ਤਰ੍ਹਾਂ ਉਹਨਾਂ ਦੀਆਂ ਸ਼ਕਲਾਂ ਨੇ। ਮੈਂ ਆਖਿਆ ਜਬਰੀਲ ਜਬਰੀਲ ਅਮੀਨਾਂ ਕਹਿੰਦੇ ਨੇ ਸੋਹਣੇ ਆਓ, ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਲੜਾਵਣ ਵਾਲੇ ਨੇ, ਫਿਤਨਾ ਅਤੇ ਫਸਾਦ ਕਰਨ ਵਾਲੇ ਨੇ, ਜਿਹੜੇ ਦੁਨੀਆਂ 'ਤੇ ਲੋਕਾਂ ਦੀਆਂ ਲੜਾਈਆਂ ਕਰਾ ਦਿੰਦੇ ਨੇ। ਭਰਾ ਨੂੰ ਭਰਾ ਨਾਲ ਲੜਾ ਦਿੱਤਾ, ਯਾਰ ਨੂੰ ਯਾਰ ਨਾਲ ਲੜਾ ਦਿੱਤਾ, ਉਹਨਾਂ ਦੀਆਂ ਸ਼ਕਲਾਂ ਬਾਂਦਰਾਂ ਦੀਆਂ ਕਰਕੇ ਅੱਲਾ ਉਹਨਾਂ ਨੂੰ ਅਦਾਬ ਦੇ ਰਿਹਾ ਹੈ। ਮੇਰੇ ਆਕਾ ਫਰਮਾਉਂਦੇ ਨੇ ਮੈਂ ਕਹਿ ਗਿਆ, ਮੈਂ ਵੇਖਿਆ ਕੁਝ ਲੋਕਾਂ ਨੂੰ ਪੁੱਠੇ ਟੰਗਿਆ ਹੋਇਆ ਹੈ, ਉਹਨਾਂ ਨੂੰ ਜਨਾਬ ਪੀਵਣ ਦੇ ਵਾਸਤੇ ਉਹਨਾਂ ਨੂੰ ਅੱਗ ਦਿੱਤੀ ਜਾ ਰਹੀ ਹੈ, ਅੱਗ ਪੈ ਪੀਂਦੇ ਨੇ, ਅੱਗ ਖਾਂਦੇ ਪਏ ਨੇ। ਮੇਰੇ ਆਕਾ ਨੇ ਪੁੱਛਿਆ ਜਬਰੀਲ ਕੌਣ ਨੇ, ਅਰ ਕਿਤੇ ਸੋਹਣਿਆ ਇਹ ਉਹ ਲੋਕ ਨੇ ਜਿਹੜੇ ਯਤੀਮਾਂ ਦਾ ਮਾਲ ਖਾਂਦੇ ਰਹੇ ਨੇ, ਜਿਹੜੇ ਯਤੀਮਾਂ 'ਤੇ ਜ਼ੁਲਮ ਕਰਦੇ ਰਹੇ ਨੇ। ਮੇਰੇ ਆਕਾ ਫਰਮਾ ਦੇ ਕੇ ਮੈਂ ਵੇਖਿਆ ਕੁਝ ਲੋਕਾਂ ਦੀਆਂ ਜ਼ੁਬਾਨਾਂ ਕੈਂਚੀ ਨਾਲ ਕੱਟੀਆਂ ਜਾ ਰਹੀਆਂ। ਮੈਂ ਆਖਿਆ ਜਬਰੀਲ ਕੌਣ ਨੇ, ਸੋਹਣਿਆ ਉਹ ਲੋਕ ਨੇ ਜਿਹੜੇ ਦੁਨੀਆਂ 'ਤੇ ਝੂਠੀਆਂ ਗਵਾਈਆਂ ਦਿੰਦੇ ਰਹੇ ਨੇ, ਝੂਠੀਆਂ ਕਸਮਾਂ ਚੁੱਕਦੇ ਰਹੇ ਨੇ। ਮੇਰੇ ਆਕਾ ਫਰਮਾਉਂਦੇ ਨੇ ਮੈਂ ਉਹ ਲੋਕ ਵੇਖੇ ਜਿਨ੍ਹਾਂ ਦੇ ਸਾਹਮਣੇ ਕਤਲੂ ਮੌਜੂਦ ਏ, ਇਸ ਤਰ੍ਹਾਂ ਪੀਂਦੇ ਪਏ ਨੇ, ਪੀਂਦੇ ਨਹੀਂ ਦੇ ਉਲਟੀ ਕਰ ਦਿੰਦੇ ਨੇ, ਫਰਿਸ਼ਤੇ ਫੇਰ ਕੋੜੇ ਮਾਰਦੇ ਨੇ। ਮੈਂ ਆਖਿਆ ਜਬਰੀਲ ਕੌਣ ਨੇ, ਅਰ ਕਦੇ ਨੇ ਸੋਹਣਿਆ ਇਹ ਉਹ ਲੋਕ ਨੇ ਜਿਹੜੇ ਦੁਨੀਆਂ ਵਿੱਚ ਸ਼ਰਾਬ ਪੀਂਦੇ ਰਹੇ, ਜਿਹੜੇ ਦੁਨੀਆਂ ਵਿੱਚ ਸ਼ਰਾਬ ਪੀਂਦੇ ਰਹੇ ਨੇ।
हलाल छड़ के ते हराम करते रहे ने यो लोग ने यो लोग ने मेरे पाक नबी ने वेख्या हुजूर दी अखां च आंसू आ गए मेरे पाक नबी ने अर्ज़ की या अल्लाह मेरी उम्मत गुनाहगार है इहदी बख्श अल्लाह फरमाया मैं रोजे तां देवांगा या युहल्लदीना मनु कुतिबा अलैकुमुस्सियाम कमा कुतिबा अललदीना मिन क़ब्लिकुम लअल्लकुम तत्तकून पर मैं पहलिया उम्मतां ते भी फर्ज कीते ने ते तेरी उम्मत ते भी फर्ज कर लगा पर सुनिया बड़ा वखरा काम है बड़ा वखरा काम है अफतारी का वेला होगा अफतारी का वक्त होगा सामने पानी रखा होगा खजूर रखी होगी ते बह के कुछ लम्हात बाकी होवणगे मैं आवाज़ा मारांगा किवें आना फिर की कहना है जिमें आना उवें ही करांगा अल्लाह फरमांदा है मैनू अपनी इज्जत तो जलाल की कसम है रोज़ादार जो मंगेगा मैं अता करांगा जो मंगेगा मैं अता करांगा हज़रात हुण सोचना या वेखना है कि असी रोज़ा रखने हैं कि नहीं रखते सारा दिन भुख ते प्यास बर्दाश्त करके भी रोज़ा नहीं झूठी गवाही भी दे दी झूठी रजिस्टरी भी करा ली सारा कुछ जखीरा दो दी भी कर ली सारा दिन भुखा ते प्यासा भी रह लिया फायदा कोई नहीं एक महीना ये ट्रेनिंग का महीना है रहमतों वाला महीना है ट्रेन कर ये मोमिन बनने वास्ते अल्लाह ने महीना दिता है ताकि लाल लकम तकून ताकि परहेजगार बन जाओ अदरात दी वकार रमजान मुबारक चंद दिनों तो बाद आइंदा जिहड़ा जुमातुल मुबारक होगा रमज़ान शरीफ के विच होगा तो दुआ है मालिक रमज़ान मुबारक और शबानुल मुअज़्ज़म के आखिरी दिनों का सदका साढ़े मुल्क पूरी दुनिया के कोरोना वबा को खत्म फरमा दे मस्जिदों दी रौनक इस तरह बहाल रहन हुजूर का जिक्र इस तरह होंदा रहे आशिक हुजूर दे आंदे रहन ये महफलां सजदियां रहन और इंशाल्लाह इस्तकबाले रमज़ान के हवाले नाल।